ਸੀ ਫ੍ਰੀ ਕਰ ਦਿੱਤਾ ਕੋਈ ਵੀ ਗੱਡੀ ਤੁਸੀਂ ਲੈ ਕੇ ਆਓ ਡੋਗਰ ਮੋਟਰ ਤੇ ਉਹਦੇ ਮੁਕੰਮਲ ਕਾਗਜ਼ਾਤ ਵੀ ਨਾਲ ਲੈ ਕੇ ਆਓ ਸਾਡੇ ਕੋਲ ਅਸੀਂ ਉਹਦੇ ਕਾਗਜ਼ਾਤ ਚੈੱਕ ਕਰਾਂਗੇ ਉਹਦੀ ਚੇਸੀ ਚੈੱਕ ਕਰਾਂਗੇ ਬਿਸਕਟ ਚੈੱਕ ਕਰਾਂਗੇ ਗੱਡੀ ਏ ਟੂ ਜ਼ੈਡ ਚੈੱਕ ਕਰਾਂਗੇ ਔਰ ਨਾਲ ਹੀ ਤੁਹਾਡਾ ਨੰਬਰ ਐਡ ਕਰ ਦਿਆਂਗੇ ਆਪਣੀ ਟਿਕਟੋਕ ਆਈਡੀ ਤੇ ਆਪਣੇ ਯੂਟਿਊਬ ਚੈਨਲ ਤੇ ਆਪਣੀ ਫੇਸਬੁੱਕ ਤੇ ਫੇਸਬੁੱਕ ਪੇਜਾਂ ਤੇ ਲਾਵਾਂਗੇ ਉਹਨੂੰ ਔਰ ਜਿਹੜੀ ਮੈਂ ਨਵੀਂ ਵੈਬਸਾਈਟ ਬਣਾਈ ਜਿਸ ਤਰ੍ਹਾਂ ਓਐਲਐਕਸ ਪਾਕਰੀ ਦੇ ਇਸ ਤਰ੍ਹਾਂ ਇੱਕ ਮੈਂ ਵੈਬਸਾਈਟ ਬਣਾਈ ਹੈ ਡੋਗਰ ਮੋਟਰ ਨਨਕਾਣਾ ਦੇ ਨਾਮ ਤੋਂ ਤੇ ਉਹਦੇ ਤੇ ਵੀ ਅਸੀਂ ਉਹਨੂੰ ਐਡ ਕਰਾਂਗੇ ਇਨਸ਼ਾਅੱਲਾ ਤੁਹਾਨੂੰ ਇਹਨਾਂ ਰਿਸਪੌਂਸ ਅੱਛਾ ਆਏਗਾ ਤੁਸੀਂ ਘਰ ਬਹਿ ਕੇ ਆਪਣੀ ਗੱਡੀ ਵੇਚ ਸਕਦੇ ਹੋ ਔਰ ਇਹ ਪੂਰਾ ਮਹੀਨਾ 30 ਜੂਨ ਤੱਕ ਅਸੀਂ ਐਲਾਨ ਕੀਤਾ ਹੈ ਕਿ ਅਸੀਂ ਇਹਨੂੰ ਫ੍ਰੀ ਕਰ ਰਹੇ ਹਾਂ ਲਿਹਾਜ਼ਾ ਸਾਰੇ ਭਾਈ ਸਾਡੇ ਕੋਲ ਆਪਣੀਆਂ ਗੱਡੀਆਂ ਲੈ ਕੇ ਆਓ ਔਰ ਤੁਹਾਡੀਆਂ ਗੱਡੀਆਂ ਦਾ ਮੈਂ ਖੁਦ ਚੈੱਕ ਕਰਾਂਗਾ ਉਹਦੇ ਕਾਗਜ਼ਾਤ ਔਰ ਗੱਡੀ ਚੈੱਕ ਕਰਾਂਗਾ ਔਰ ਤਸੱਲੀ ਕਰਕੇ CIA ਤੋਂ ਚੈੱਕ ਕਰਵਾ ਕੇ ਉਹਦਾ ਐਡ ਲਾਵਾਂਗਾ ਇਨਸ਼ਾਅੱਲਾ ਤੁਹਾਨੂੰ ਬਹੁਤ ਅੱਛਾ ਰਿਸਪੌਂਸ ਆਏਗਾ ਇੱਕ ਮਹੀਨੇ ਤੋਂ ਬਾਅਦ ਅਸੀਂ 5000 ਰੁਪਇਆ ਫੀਸ ਰੱਖਾਂਗੇ ਫਿਲਹਾਲ ਅਸੀਂ ਫ੍ਰੀ ਕਰ ਦਿੱਤਾ ਜਿਹੜਾ ਮਰਜ਼ੀ ਦੋਸਤ ਗੱਡੀ ਲੈ ਕੇ ਆਵੇ ਇਨਸ਼ਾਅੱਲਾ ਤੁਹਾਨੂੰ ਇੱਡਾ ਅੱਛਾ ਰਿਸਪੌਂਸ ਮਿਲੇਗਾ ਕਿ ਨਾ ਤੁਹਾਨੂੰ OLX ਤੋਂ ਰਿਸਪੌਂਸ ਮਿਲੇਗਾ ਨਾ ਪਾਕਵੀਲ ਤੋਂ ਮਿਲੇਗਾ ਕਿਉਂਕਿ ਲੋਕ ਡਰ ਗਏ ਨੇ OLX ਪਾਕਵੀਲ ਤੋਂ ਉੱਥੇ ਜ਼ਿੰਮੇਵਾਰੀ ਕੋਈ ਨਹੀਂ ਅਗਰ ਮੇਰੇ ਰਿਵਿਊ ਬਣੇ ਹੋਏ ਦੇ ਵਿੱਚ ਗਲਤ ਬਿਆਨੀ ਹੋਈ ਜਾਂ ਉਸ ਗੱਡੀ ਦੇ ਵਿੱਚ ਕੋਈ ਮਸਲਾ ਮਸਾਇਲ ਨਿਕਲੇ ਗੱਡੀ ਦੋ ਨੰਬਰ ਨਿਕਲ ਆਵੇ ਉਹਦਾ ਵੀ ਮੈਂ ਜ਼ਿੰਮੇਦਾਰ ਹੋਵਾਂਗਾ ਉਹ ਗੱਡੀ ਅੱਲਾ ਦੇ ਹੁਕਮ ਨਾਲ ਉਹ ਇੱਥੇ ਖੜੀ ਕਰਕੇ ਤੇ ਤੁਸੀਂ ਮੇਰੇ ਕੋਲੋਂ ਆਪਣੀ ਪੇਮੈਂਟ ਵੀ ਲਿਜਾ ਸਕਦੇ ਠੀਕ ਹੈ ਇਹ ਜਿਸ ਤਰ੍ਹਾਂ ਕਿ ਮੈਂ ਅੱਗੇ ਜਿਹੜੇ ਵਾਅਦੇ ਕਰਨਾ ਪੂਰੇ ਕਰਨਾ ਇਨਸ਼ਾਅੱਲਾ ਇਹ ਵੀ ਜਿਹੜਾ ਵਾਅਦਾ ਕਰ ਰਿਹਾ ਇਹਦੇ ਤੋਂ ਇਨਸ਼ਾਅੱਲਾ ਮੈਂ ਪੂਰਾ ਉਤਰਾਂਗਾ ਔਰ ਸਾਰੇ ਭਾਈ ਮੇਰੇ ਕੋਲ ਗੱਡੀ ਲੈ ਕੇ ਆਓ ਡੋਗਰ ਮੋਟਰ ਤੇ ਲਾਹੌਰ ਦੇ ਵਿੱਚ ਔਰ ਸਾਡੇ ਕੋਲ ਰਿਵਿਊ ਬਣਵਾਓ ਆਪਣੀਆਂ ਗੱਡੀਆਂ ਦਾ ਔਰ ਤੁਹਾਡਾ ਨੰਬਰ ਨਾਲ ਐਡ ਕਰ ਦਿਆਂਗੇ ਇਹਦੀ ਕੋਈ ਫੀਸ ਨਹੀਂ ਹੈਗੀ ਇੱਕ ਮਹੀਨੇ ਵਾਸਤੇ ਅਸੀਂ ਇਹਨੂੰ ਫ੍ਰੀ ਕੀਤਾ ਹੋਇਆ 30 ਜੂਨ ਤੱਕ 30 ਜੂਨ ਤੱਕ ਤੁਸੀਂ ਕੋਈ ਵੀ ਗੱਡੀ ਲੈ ਕੇ ਆਓ ਆਪਣਾ ਰਿਵਿਊ ਔਰ ਆਪਣਾ ਐਡ ਸਾਡੇ ਕੋਲ ਫ੍ਰੀ ਲਵਾ ਸਕਦੇ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਤੇ ਫਿਰ ਚੈਨ ਚੱਲ ਜਾਏਗੀ ਇਨਸ਼ਾਅੱਲਾ ਸਾਡਾ ਵੀ ਨਿਜ਼ਾਮ ਚੱਲ ਜਾਏਗਾ ਔਰ ਤੁਹਾਡਾ ਵੀ ਚੱਲ ਜਾਏਗਾ ਮਿਹਰਬਾਨੀ।